ਜਿਹੜੇ ਸਾਰੇ ਕਹਿੰਦੇ ਆ ਫੌਜੀ ਫੌਜ ਚ ਗਵਾਂਢੀ ਮੌਲ ਚ ਆਪਣੀ ਭੈਣ ਦਾ ਰਿਸ਼ਤਾ ਫੌਜੀ ਨਾਲ ਕਰਾਉਂਦੇ ਦੇਖੇ ਮੈਂ ਨਾਲੇ ਸਾਰੇ ਪਿੱਠ ਪਿੱਛੇ ਕਹਿੰਦੇ ਆ ਪਾਗਲ ਫੌਜੀ ਨੂੰ ਨਾਲੇ ਸਾਰੀ ਦੀਜੇ ਫੌਜੀ ਨੂੰ ਬਣਾਉਂਦੇ ਦੇਖੇ ਮੈਂ ਪਹਿਲਾਂ ਤੇ ਫੌਜੀ ਵੀਰਾਂ ਨੂੰ ਮੇਰੇ ਵੱਲੋਂ ਦਿਲ ਤੋਂ ਸਲੂਟ ਹੈ ਜੇ ਫੌਜੀ ਵੀਰ ਨਾ ਹੋਣ ਨਾ ਤੇ ਦੇਸ਼ ਬਰਬਾਦ ਹੋ ਗਿਆ ਹੋਏ ਕਿਦੋਂ ਦਾ ਇਹ ਵੀਡੀਓ ਦਾ ਜਵਾਬ ਮੈਨੂੰ ਕੋਈ ਕੁੜੀ ਦੇ ਦੇ ਜਿਹੜੀ ਬੜੀ ਸਮਝਦਾਰ ਬਣੀਆਂ ਹੁੰਦੀਆਂ ਨਾ ਕੁਝ ਕਮੈਂਟ ਕਰਦੀਆਂ ਆ ਕੇ ਤੇ ਇਹ ਜਵਾਬ ਦੇ ਦਿਓ ਹੈ ਜਿਹੜੇ ਫੌਜੀ ਮੁੰਡਾ ਲੱਭਦੇ ਆ ਰਿਸ਼ਤੇ ਲਈ ਆਪਣੀਆਂ ਧੀਆਂ ਲਈ ਉਹਨਾਂ ਲਈ ਵੀਡੀਓ ਹੈ ਦੇਖੋ ਕੁੜੀ ਘੱਟ ਪੜ੍ਹੀ ਹੁੰਦੀ ਹੈ ਨਾ ਤੇ ਉਹਨਾਂ ਨੂੰ ਕੀ ਚਾਹੀਦਾ ਮੁੰਡਾ ਫੌਜੀ ਹੈ ਨਾ ਕਿਉਂ ਬਈ ਤੁਹਾਡੀ ਕੁੜੀ ਘੱਟ ਪੜ੍ਹੀ ਆ ਤੇ ਉਹਨੂੰ ਫੌਜੀ ਚਾਹੀਦਾ ਤੇ ਜਿਹੜੀਆਂ ਕੁੜੀਆਂ ਭਰਤੀ ਹੋ ਗਈਆਂ ਫੌਜ 'ਚ ਤੇ ਉਹ ਪ੍ਰਾਈਵੇਟ ਮੁੰਡੇ ਜਿਹੜੇ ਘੱਟ ਪੜ੍ਹੇ ਆ ਜਾਂ ਪ੍ਰਾਈਵੇਟ ਕੰਮ ਕਰਨ ਡਿਆ ਉਹਨਾਂ ਨੂੰ ਕਿਉਂ ਨਹੀਂ ਚਾਹੀਦਾ ਬਈ ਉਹ ਕਿਉਂ ਨਹੀਂ ਕਰਦੇ ਉਹ ਮੁੰਡੇ ਨਾਲ ਜੇ ਪ੍ਰਾਈਵੇਟ ਆ ਉਦਾਂ ਤੁਸੀਂ ਕੁੜੀਆਂ ਬਣੀਆਂ ਪਰ ਕਹਿੰਦੀਆਂ ਜੇ ਕਿ ਘਰ 'ਚ ਅੱਜ ਕੱਲ੍ਹ ਸਾਰੇ ਰਲ ਕੇ ਕੰਮ ਕਰਨ ਤਾਂ ਹੀ ਘਰ ਚੱਲਦਾ ਆ ਤੇ ਕੀ ਗੱਲ ਤੁਸੀਂ ਕਿਉਂ ਨਹੀਂ ਸਾਥ ਦੇ ਸਕਦੀਆਂ ਜੇ ਫੌਜੀ ਮਤਲਬ ਮੁੰਡਾ ਘਰ ਚਲਾ ਸਕਦਾ ਆ ਤੇ ਜੇ ਤੁਸੀਂ ਉਦਾਂ ਕਹਿੰਦੀਆਂ ਜੇ ਅੱਜ ਇਕੱਠੇ ਅੱਜ ਕੱਲ੍ਹ ਸਾਰੇ ਬਰਾਬਰ ਆ ਤੇ ਫਿਰ ਕੀ ਗੱਲ ਜੇ ਮੁੰਡਾ ਪ੍ਰਾਈਵੇਟ ਕੰਮ ਕਰਦਾ ਏ ਤੇ ਤੁਸੀਂ ਕਿਉਂ ਨਹੀਂ ਸਾਥ ਦੇ ਸਕਦੀਆਂ ਤੁਸੀਂ ਵੀ ਤਾਂ ਸਾਥ ਦੇ ਹੀ ਸਕਦੀਆਂ ਜੇ ਨਾ ਰਲ ਕੇ ਘਰ ਚਲਾ ਹੀ ਸਕਦੀਆਂ ਜੇ ਨਾ ਹਰ ਵਾਰੀ ਮਤਲਬ ਫੌਜੀ ਮੁੰਡਾ ਹੀ ਗਰੀਬ ਦੀ ਕਿਉਂ ਮਦਦ ਕਰੇ ਗਰੀਬਣੀ ਕਿਉਂ ਲਿਆਏ ਘੱਟ ਪੜ੍ਹੀ ਲਿਖੀ ਕਿਉਂ ਲਿਆਉਂਦਾ ਉਹ ਮਤਲਬ ਤੁਹਾਨੂੰ ਫੌਜੀ ਚਾਹੀਦਾ ਇਹ ਜਿਹੜਾ ਕੁੜੀਆਂ ਦੇ ਮਾਂ ਪਿਓ ਆ ਗੱਲ ਕਹਿੰਦੇ ਆ ਨਾ ਵੀ ਸਾਨੂੰ ਫੌਜੀ ਚਾਹੀਦਾ ਆਪਣੀ ਕੁੜੀ ਮਤਲਬ ਭਾਵੇਂ ਘੱਟ ਪੜ੍ਹੀ ਲਿਖੀ ਹੋਏ ਸਾਨੂੰ ਫੌਜੀ ਚਾਹੀਦਾ ਆਪਣਾ ਮੁੰਡਾ ਭਾਵੇਂ ਨਸ਼ੇੜੀ ਹੋਏ ਅਮਲੀ ਹੋਏ ਭਾਵੇਂ ਵਿਹਲੜ ਹੋਏ ਤੇ ਚਾਹੀਦਾ ਅੱਗੇ ਫੌਜੀ ਤੇ ਕੁੜੀਆਂ ਕਿਉਂ ਨਹੀਂ ਸਾਥ ਦੇ ਸਕਦੀਆਂ ਜਿਹੜੀਆਂ ਫੌਜ 'ਚ ਹੁੰਦੀਆਂ ਉਹ ਵੀ ਪ੍ਰਾਈਵੇਟ ਮੁੰਡੇ ਦਾ ਸਾਥ ਦੇ ਦੇਣ ਕਰਨ ਔਰ ਇੱਕ ਚੀਜ਼ ਮੈਂ ਬਹੁਤ ਨੋਟ ਕੀਤੀ ਔਰ ਸ਼ਾਇਦ ਤੁਸੀਂ ਵੀ ਕੀਤੀ ਉਹ ਚੀਜ਼ ਨੋਟ ਸਾਰਿਆਂ ਨੇ ਕਿ ਸੌਖੇ ਘਰ ਦਾ ਮੁੰਡਾ ਪੜ੍ਹਿਆ ਲਿਖਿਆ ਇੱਕ ਛੋਟੇ ਜਿਹੇ ਘਰ ਦੀ ਕੁੜੀ ਨੂੰ ਮਤਲਬ ਵਿਆਹ ਕੇ ਪੂਰੀ ਜ਼ਿੰਦਗੀ ਉਹਦੇ ਨਾਲ ਸਾਥ ਦੇ ਸਕਦਾ ਉਹਦਾ ਹੈ ਨਾ ਪਰ ਕੁੜੀਆਂ ਕੀ ਕਰਦੀਆਂ ਦਿਮਾਗ ਨਾਲ ਚੱਲਦੀਆਂ ਉਹਨਾਂ ਨੇ ਕੁੜੀਆਂ ਨੇ ਕੀ ਕਰਨਾ ਆਪ ਭਾਵੇਂ ਬੇੜਾ ਹੀ ਗਰਕ ਹੋਇਆ ਹੋਇਆ ਆਪਣਾ ਹੈ ਨਾ ਆਪ ਭਾਵੇਂ ਪੂਰਾ ਟੱਬਰ ਹੀ ਬੇੜਾ ਗਰਕ ਹੋਇਆ ਹੋਏ ਟੱਬਰ ਦਾ ਹੀ ਪੂਰੇ ਦਾ ਪਰ ਕੁੜੀ ਨੇ ਕੀ ਕਰਨਾ ਮੁੰਡਾ ਉਹ ਲੱਭਣਾ ਹੈ ਜਿਹੜਾ ਮਤਲਬ ਜਿਹਦਾ ਘਰ ਬਾਰ ਵਧੀਆ ਹੋਏ ਪੈਸਾ ਹੋਏ ਘਰ 'ਚ ਵੇਖਣਾ ਵੀ ਘਰ 'ਚ ਕੌਣ ਕੌਣ ਰਹਿੰਦੇ ਆ ਅੱਛਾ ਬਜ਼ੁਰਗ ਤਾਂ ਨਹੀਂ ਹੈਗਾ ਕਿਉਂਕਿ ਉਹਨੇ ਕੱਲ੍ਹ ਨੂੰ ਫਿਰ ਮਤਲਬ ਆਪਣੀ ਐਸ਼ੀ ਵੀ ਮਾਰਨੀ ਆ ਤੇ ਮੈਨੂੰ ਰੋਕੇ ਟੋਕੇ ਵੀ ਕੋਈ ਨਾ ਕੁੜੀਆਂ ਮਤਲਬ ਉਹ ਵੇਖਣਗੀਆਂ ਵੀ ਆਪਣੇ ਦਿਮਾਗ ਨਾਲ ਚੱਲਣਗੀਆਂ ਵੀ ਮੈਂ ਜਿੱਥੇ ਜਾਵਾਂਗੀ ਕੱਲ੍ਹ ਨੂੰ ਮੈਨੂੰ ਸਹੂਲਤਾਂ ਮਿਲ ਪੈਸੇ ਹੋਣ ਜਿੱਥੇ ਚਾਰ ਔਰ ਕਦੀ ਨਹੀਂ ਮਤਲਬ ਪੜ੍ਹੀ ਲਿਖੀ ਕੁੜੀ ਨੇ ਜ਼ਿਆਦਾਤਰ ਪੜ੍ਹੀ ਲਿਖੀ ਕੁੜੀ ਵੈਲ ਸੈਟਲਡ ਕੁੜੀ ਨੇ ਕਦੀ ਨਹੀਂ ਮਤਲਬ ਗਰੀਬ ਘਰ ਦੇ ਮੁੰਡੇ ਦਾ ਸਾਥ ਦਿੱਤਾ ਔਰ ਮੁੰਡੇ ਹਮੇਸ਼ਾ ਮਤਲਬ ਭਾਵੇਂ ਗਰੀਬਣੀ ਜੀ ਅਨਪੜ੍ਹ ਕੁੜੀ ਨੂੰ ਵੀ ਲੈਣਗੇ ਵੀ ਉਹ ਵੇਖੇਗਾ ਵੀ ਕੁੜੀ ਚੰਗੀ ਆ ਚੱਲ ਕੋਈ ਨਹੀਂ ਮੇਰੇ ਘਰ ਪਾਰ ਮਤਲਬ ਮਾਂ ਪਿਓ ਦੀ ਸੇਵਾ ਕਰੇਗੀ ਉਹ ਲਿਆਏਗਾ ਪਰ ਕੁੜੀਆਂ ਨਹੀਂ ਮਤਲਬ ਅਚੀਵ ਕਰਨਗੀਆਂ ਕਦੀ ਵੀ ਉਹਨੇ ਬਸ ਦਿਮਾਗ ਨਾਲ ਚੱਲਣਾ ਵੀ ਕਿੱਥੇ ਪੈਸਾ ਆ ਅਗਲੇ ਸੌਖੇ ਆ ਮਤਲਬ ਸੁੱਖ ਸਹੂਲਤਾਂ ਹੈਗੀਆਂ ਆਹ ਸੋਚ ਹੁੰਦੀ ਆ ਹੈ ਨਾ ਉਦਾਂ ਤੁਸੀਂ ਬੜੀਆਂ ਮਤਲਬ ਗੱਲਾਂ ਕਰਦੀਆਂ ਜੇ ਕਿ ਆਪਾਂ ਮਤਲਬ ਇਹੋ ਜਿਹੀ ਸੋਚ ਨਹੀਂ ਰੱਖਦੀਆਂ ਪਰ ਜਦੋਂ ਆਉਂਦੀ ਹੈ ਗੱਲ ਆਪਣੀ ਜ਼ਿੰਦਗੀ ਦੀ ਫਿਰ ਤੁਸੀਂ ਬੜੇ ਮਤਲਬ ਹਿਸਾਬ ਲਾਉਂਦੀਆਂ ਜੇ ਆਪਾਂ ਲੰਗਰ ਹੀ ਖਾਧੇ ਹੋਣ ਸਾਰੀ ਉਮਰ ਦਾਲ ਚੌਲ ਮਾਣੀ ਤੇ ਨਾਲ ਪੈਕ ਕਰ ਕਰਕੇ ਘਰ ਵੀ ਖੜੇ ਹੋਣ ਕਾਲੇ ਲਫਾਫੇ 'ਚ ਦਿਮਾਗ ਲਾਣਾ ਤੇ ਵੇਖਣਾ ਵੀ ਕਿੱਥੇ ਮੇਰੀ ਜ਼ਿੰਦਗੀ ਸੈੱਟ ਹੈ ਕਿੱਥੇ ਮਤਲਬ ਜ਼ਿੰਦਗੀ 'ਚ ਕੱਲ੍ਹ ਨੂੰ ਮੈਂ ਜਾਵਾਂਗੀ ਤੇ ਉੱਥੇ ਪੈਸਾ ਹੋਏ ਖੁੱਲ੍ਹਾ ਯਸ਼ੀ ਮਾਰਨ ਵਾਸਤੇ ਹੈ ਨਾ ਆਪਾਂ ਦਾਲ ਚੌਲ ਮਾਣੀ 'ਚ ਟਾਈਮ ਕੱਢਿਆ ਹੋਇਆ ਸਾਰੀ ਜ਼ਿੰਦਗੀ ਪਿੱਛੇ ਤੇ ਜਦੋਂ ਮਾੜਾ ਮੋਟਾ ਜਦੋਂ ਆ ਜਾਂਦੀ ਹੈ ਪੜ੍ਹ ਲੈਂਦੀ ਹਾਂ ਫਿਰ ਬਾਅਦ 'ਚੋਂ ਦਿਮਾਗ ਬੜਾ ਐਕਟਿਵ ਹੋ ਜਾਂਦਾ ਬੜਾ ਸ਼ਾਰਪ ਹੋ ਜਾਂਦਾ ਫਿਰ ਬੜਾ ਦੂਰ ਦੀਆਂ ਸੋਚਦੀ ਹਾਂ ਵੀ ਅੱਗੇ ਦਾ ਮੈਂ ਸੋਚਣਾ ਹੈ ਉਦਾਂ ਬਸ ਉੱਥੋਂ ਤੱਕ ਹੀ ਸੋਚ ਹੁੰਦੀ ਉਹ ਮਹੱਲੇ 'ਚ ਅੱਜ ਲੰਗਰ ਦਾਲ ਚੌਲ ਮਾਣੀ ਲੱਗਾ ਅੱਜ ਉਹ ਮਹੱਲੇ 'ਚ ਦਾਲ ਚੌਲ ਮਾਣੀ ਲੱਗਾ ਮੰਮੀ ਲਿਫਾਫਾ ਵੀ ਕਾਲਾ ਨਾਲ ਹੀ ਲੈ ਜਾਓ ਆ ਲੱਗੇ ਮਿੱਠੇ ਚੌਲ ਲਿਆਣੇ ਆ ਵੇਖਾ ਵਾਹ ਇਹ ਸੋਚ ਕੁੜੀਆਂ ਦੀ ਜਿਹੜੀ ਅੱਜ ਕੱਲ੍ਹ ਦੀਆਂ ਵਾਹ ਧੰਨ ਉਹਦੀ